ਪੇਂਡੂ ਜ਼ਿਮੀਂਦਾਰ ਯੂਟਿਊਬ ਚੈਨਲ ਅਤੇ ਫੇਸਬੁੱਕ ਪੇਜ ਦੇਖ ਰਹੇ ਸਾਰੇ ਵੀਰਾਂ ਦਾ ਮੈਂ ਬੇਅੰਤਮਾਨ ਤਹਿ ਦਿਲੋਂ ਧੰਨਵਾਦ ਕਰਦਾ। ਜਿਹੜੇ ਵੀਰ ਆਪਣੇ ਚੈਨਲ 'ਤੇ ਨਵੇਂ ਆਏ ਨੇ ਜਾਂ ਜਿਨ੍ਹਾਂ ਨੇ ਹਾਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਉਹ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਹੀ ਸਾਈਡ 'ਤੇ ਲੱਗਿਆ ਹੋਇਆ ਨੋਟੀਫਿਕੇਸ਼ਨ ਦਾ ਜਿਹੜਾ ਬਟਨ ਆ ਉਸ ਨੂੰ ਪ੍ਰੈਸ ਕਰਕੇ ਔਨ ਕਰ ਲਓ ਤਾਂ ਜੋ ਤੁਹਾਨੂੰ ਆਪਣੀਆਂ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਮਿਲ ਸਕਣ ਕਿ ਕਿਹੜੇ ਟਾਈਮ ਆਪਾਂ ਚੈਨਲ 'ਤੇ ਵੀਡੀਓ ਅਪਲੋਡ ਕੀਤੀ ਆ। ਆ ਦੋਸਤੋ, ਜਿਹੜੀ ਤੁਸੀਂ ਸਾਹਮਣੇ ਨੁਕਰੀ ਬਛੇਰੀ ਦੇਖ ਰਹੇ ਹੋ ਇਹ ਬਕਾਊ ਆ, ਰੌਲੀ ਵਾਲੇ ਅਰਜਨ ਘੋੜੇ ਦੀ ਧੀ ਆ ਇਹ, ਜਿਹੜਾ ਕਿ ਪਹਿਲਾਂ ਰੌਲੀ ਪਿੰਡ ਹੁੰਦਾ ਸੀ ਅਤੇ ਬਾਅਦ ਦੇ ਵਿੱਚ ਫਿਰੋਜ਼ ਸ਼ਾਹ ਚਲਿਆ ਗਿਆ ਸੀ। ਇਸ ਬਛੇਰੀ ਦੀ ਉਮਰ 22 ਮਹੀਨੇ ਆ ਅਤੇ ਕਾਦੇ ਦਾ ਨਾਂ ਟੈਂਚਾ। ਇਹ ਬਛੇਰੀ ਪਿੰਡ ਸਮਾਧ ਭਾਈ ਵਿਖੇ ਬਾਈ ਬੇਅੰਤ ਦੇ ਕੋਲ ਆ। ਇਹ ਜਿਹੜਾ ਸਮਾਧ ਭਾਈ ਪਿੰਡ ਆ ਇਹ ਮੋਗੇ ਜ਼ਿਲ੍ਹੇ ਦਾ ਪਿੰਡ ਆ ਜੀ। ਬਾਈ ਦਾ ਕੰਟੈਕਟ ਨੰਬਰ ਤੁਸੀਂ ਨੋਟ ਕਰ ਲਓ, 9643608619। ਦੁਬਾਰੇ ਫਿਰ ਦੱਸਦਾ ਮੈਂ, 9643608619। ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਬਾਈ ਬੇਅੰਤ ਦੇ ਨਾਲ ਸੌਦਾ ਤੈਅ ਕਰ ਸਕਦੇ ਹੋ। ਬਾਕੀ ਬਛੇਰੀ ਦੇ ਵਿੱਚ ਤੁਸੀਂ ਐਟੀਟਿਊਡ ਚੈੱਕ ਕਰੋ, ਕੰਨਾਂ ਦੀ ਬਹੁਤ ਜ਼ਿਆਦਾ ਸ਼ੌਕੀਨ ਆ ਬਛੇਰੀ ਇਹ। ਦੋਸਤੋ, ਰੌਲੀ ਵਾਲੇ ਅਰਜਨ ਘੋੜੇ ਦੇ ਬੱਚਿਆਂ ਦੀ ਮੇਨ ਪਹਿਚਾਣ ਇਹੀ ਆ ਵੀ ਉਹਦੇ ਜਿਹੜੇ ਕੰਨ ਆ ਉਹ ਕੁੰਡੀ ਵਾਲੇ ਆਉਂਦੇ ਆ ਲਗਭਗ ਸਾਰੇ ਬੱਚਿਆਂ ਦੇ ਵਿੱਚ। ਬਾਕੀ ਬਾਡੀ ਬਣਤਰ ਦੇ ਵਿੱਚ ਬਹੁਤ ਮਜ਼ਬੂਤੀ ਆਉਂਦੀ ਆ। ਇਕੱਲਾ ਇਹ ਬਛੇਰੀ ਕਹਿਣ ਨੂੰ ਹੀ ਨਹੀਂ ਵੀ ਹਾਂ ਯਾਰ ਰੌਲੀ ਵਾਲੇ ਅਰਜਨ ਦੀ ਆ, ਪਾਰਖੂ ਬੰਦੇ ਤਾਂ ਦੇਖ ਕੇ ਦੱਸ ਦੇਣਗੇ। ਬਾਕੀ ਫਿਰ ਵੀ ਜੇ ਕਿਸੇ ਨੂੰ ਨਹੀਂ ਇਸ ਚੀਜ਼ ਦਾ ਯਕੀਨ ਆਊਗਾ ਤਾਂ ਬਾਈ ਕਹਿੰਦਾ, ਬੇਅੰਤ ਕਹਿੰਦਾ ਵੀ ਆਪਾਂ ਪੂਰਾ ਤਸੱਲੀ ਨਾਲ ਚੈੱਕ ਕਰਾ ਕੇ ਦੇਵਾਂਗੇ ਵੀ ਹਾਂ ਯਾਰ ਉਸੇ ਘੋੜੇ ਦੀ ਹੋਈ ਆ। ਦੋਸਤੋ, ਇਸ ਬਛੇਰੀ ਦੀ ਜਿਹੜੀ ਮਾਂ ਸੀ ਉਹ ਵੀ ਬਾਈ ਬੇਅੰਤ ਦੇ ਘਰੇ ਸੀ, ਇਹਦਾ ਜਨਮ ਬਾਈ ਬੇਅੰਤ ਦੇ ਘਰੇ ਹੋਇਆ ਬਛੇਰੀ ਦਾ। ਤੁਸੀਂ ਇਸ ਨੰਬਰ 'ਤੇ ਬਾਈ ਦੇ 'ਤੇ ਕਾਲ ਕਰਕੇ ਅੱਗੇ ਰੇਟ ਦੀ ਜਿਹੜੀ ਗੱਲਬਾਤ ਆ ਬਾਈ ਦੇ ਨਾਲ ਡਾਇਰੈਕਟ ਕਰ ਲਿਓ। ਇਸੇ ਤਰ੍ਹਾਂ ਹੋਰ ਵੀਡੀਓਜ਼ ਦੇਖਣ ਲਈ ਜੁੜੇ ਰਹੋ ਸਾਡੇ ਚੈਨਲ ਪੇਂਡੂ ਜ਼ਿਮੀਂਦਾਰ ਨਾਲ। ਧੰਨਵਾਦ ਜੀ ਦੋਸਤੋ।